ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਕਰਕੰਦ ਦੀ ਖੀਰ ਬਣਾਵਾਂਗੇ। ਸ਼ਕਰਕੰਦ ਦੀ ਖੀਰ ਬਣਾਉਣ ਦੇ ਲਈ ਮੈਂ 2 ਸ਼ਕਰਕੰਦ ਲਏ ਨੇ। ਸ਼ਕਰਕੰਦ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਅਤੇ ਹੁਣ ਆਪਾਂ ਚਾਕੂ ਨਾਲ ਸ਼ਕਰਕੰਦ ਨੂੰ ਸਾਈਡਾਂ ਤੋਂ ਥੋੜ੍ਹਾ ਥੋੜ੍ਹਾ ਕੱਟ ਲਵਾਂਗੇ। ਇਸ ਤਰੀਕੇ ਨਾਲ ਸਾਰੇ ਸਵੀਟ ਪੋਟੈਟੋਜ਼ ਨੂੰ ਕੱਟ ਲਵਾਂਗੇ ਸਾਈਡਾਂ ਤੋਂ। ਹੁਣ ਮੈਂ ਸਾਰੇ ਸਵੀਟ ਪੋਟੈਟੋਜ਼ ਨੂੰ ਕੱਟ ਕਰ ਲਿਆ ਹੈ ਸਾਈਡਾਂ ਤੋਂ ਅਤੇ ਹੁਣ ਆਪਾਂ ਇਸ ਸਵੀਟ ਪੋਟੈਟੋ ਨੂੰ ਕੱਦੂਕਸ ਕਰ ਲਵਾਂਗੇ। ਆਪਾਂ ਸਵੀਟ ਪੋਟੈਟੋ ਨੂੰ ਬਿਨਾਂ ਛਿੱਲੇ ਤੋਂ ਵੀ ਕੱਦੂਕਸ ਕਰ ਸਕਦੇ ਹਾਂ ਅਤੇ ਛਿੱਲ ਕੇ ਵੀ ਕੱਦੂਕਸ ਕਰ ਸਕਦੇ ਹਾਂ। ਮੈਂ ਇਸ ਤਰੀਕੇ ਨਾਲ ਬਿਨਾਂ ਛਿੱਲੇ ਤੋਂ ਹੀ ਕੱਦੂਕਸ ਕਰੂੰਗੀ। ਇਸ ਤਰੀਕੇ ਨਾਲ ਕੱਦੂਕਸ ਦੇ ਪਤਲੇ ਹਿੱਸੇ ਨਾਲ ਕੱਦੂਕਸ ਕਰ ਲਵਾਂਗੇ ਸਵੀਟ ਪੋਟੈਟੋ ਨੂੰ। ਤਰੀਕੇ ਨਾਲ ਕੱਦੂਕਸ ਦੇ ਪਤਲੇ ਹਿੱਸੇ ਨਾਲ ਕੱਦੂਕਸ ਕਰਨ ਦੇ ਨਾਲ ਜੋ ਕਈ ਵਾਰ ਸਵੀਟ ਪੋਟੈਟੋ ਦੇ ਵਿੱਚ ਕਈ ਵਾਰ ਤੰਦ ਹੁੰਦੇ ਨੇ ਉਹ ਬਾਹਰ ਹੀ ਅਟਕ ਜਾਣਗੇ, ਖੀਰ ਦੇ ਵਿੱਚ ਨਹੀਂ ਜਾਣਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਤੇ ਸਾਨੂੰ ਸਪੋਰਟ ਕਰਿਓ ਜੀ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਇਸ ਤਰੀਕੇ ਨਾਲ ਹੁਣ ਆਪਾਂ ਸਾਰੇ ਸ਼ਕਰਕੰਦ ਨੂੰ ਕੱਦੂਕਸ ਕਰ ਲਵਾਂਗੇ। ਹੁਣ ਮੈਂ ਸਾਰੇ ਸ਼ਕਰਕੰਦ ਨੂੰ ਕੱਦੂਕਸ ਕਰ ਲਿਆ ਹੈ। ਹੁਣ ਆਪਾਂ ਖੀਰ ਬਣਾਉਣ ਦੇ ਲਈ ਜੋ ਆਪਾਂ ਨੂੰ ਸਮਾਨ ਚਾਹੀਦਾ ਉਹ ਸਮਾਨ ਵੇਖ ਲੈਣਾ। ਇੱਥੇ ਆਪਾਂ ਨੂੰ ਇੱਕ ਕੌਲੀ ਮਲਾਈ ਚਾਹੀਦੀ ਹੈ, ਇਹ ਗਾੜੀ ਮਲਾਈ ਹੈ। ਮਲਾਈ ਪਾਉਣ ਦੇ ਨਾਲ ਖੀਰ ਗਾੜੀ ਵੀ ਹੋਏਗੀ ਅਤੇ ਵਧੀਆ ਟੇਸਟ ਆਏਗਾ। 1 ਚਮਚ ਦਰਦਰੀ ਪੀਸੀ ਹੋਈ ਇਲਾਇਚੀ ਪਾਵਾਂਗੇ। ਮੈਂ ਇੱਥੇ ਇਲਾਇਚੀ ਨੂੰ ਦਰਦਰਾ ਕੁੱਟ ਕੇ ਪਾਇਆ। ਆਪਾਂ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ ਅਤੇ ਕੁਛ ਡਰਾਈ ਫਰੂਟ ਲਵਾਂਗੇ ਜਿਵੇਂ ਕਾਜੂ, ਬਦਾਮ, ਪਿਸਤਾ ਅਤੇ ਡਰਾਈ ਮੈਲਨ ਸੀਡਸ। ਕੁਛ ਦਾਖਾਂ ਲਵਾਂਗੇ, ਇਹ ਸਾਰੇ ਡਰਾਈ ਫਰੂਟ ਪਾਵਾਂਗੇ। ਕੁਛ ਕੁ ਡਰਾਈ ਫਰੂਟ ਨੂੰ ਆਪਾਂ ਖੀਰ ਬਣਾਉਣ ਵੇਲੇ ਪਾਵਾਂਗੇ ਅਤੇ ਕੁਛ ਕੁ ਡਰਾਈ ਫਰੂਟ ਨੂੰ ਖੀਰ ਬਣੀ ਉੱਪਰ ਪਾਵਾਂਗੇ। ਹੁਣ ਆਪਾਂ ਖੀਰ ਬਣਾਉਣ ਦੀ ਤਿਆਰੀ ਕਰ ਲੈਂਦੇ ਹਾਂ। ਉਸ ਦੇ ਲਈ ਮੈਂ ਇੱਕ ਕੜਾਹੀ ਲਈ ਹੈ। ਕੜਾਹੀ ਦੇ ਵਿੱਚ 2 ਚਮਚ ਦੇਸੀ ਘਿਓ ਪਾਵਾਂਗੇ। ਦੇਸੀ ਘਿਓ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ। ਇਸ ਦੇ ਲਈ ਆਪਾਂ 2 ਚਮਚ ਦੇਸੀ ਘਿਓ ਪਾਵਾਂਗੇ। ਘਿਓ ਨੂੰ ਥੋੜ੍ਹਾ ਗਰਮ ਕਰ ਲਵਾਂਗੇ। ਜਦੋਂ ਘਿਓ ਗਰਮ ਹੋ ਜਾਵੇ ਉਸ ਦੇ ਵਿੱਚ ਆਪਾਂ ਕੱਦੂਕਸ ਕੀਤੀ ਹੋਈ ਸਵੀਟ ਪੋਟੈਟੋ ਪਾਵਾਂਗੇ। ਮੈਂ ਇੱਥੇ ਖੀਰ ਬਣਾਉਣ ਦੇ ਲਈ 2 ਸ਼ਕਰਕੰਦ ਲਏ ਸੀ ਜੀ। ਆਪਾਂ ਇੱਥੇ ਜ਼ਿਆਦਾ ਸ਼ਕਰਕੰਦ ਵੀ ਲੈ ਸਕਦੇ ਹਾਂ। ਸਰਦੀਆਂ ਦੇ ਵਿੱਚ ਇਹ ਖੀਰ ਬਹੁਤ ਹੀ ਵਧੀਆ ਅਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਇਸ ਤੋਂ ਪਹਿਲਾਂ ਅਸੀਂ ਕਸਟਰਡ ਵਾਲੀ ਖੀਰ ਅਤੇ ਕਈ ਹੋਰ ਮਿਠਾਈਆਂ ਅਤੇ ਕਈ ਸਬਜ਼ੀਆਂ ਵੀ ਬਣਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ। ਇਸ ਤਰੀਕੇ ਨਾਲ ਆਪਾਂ ਥੋੜ੍ਹਾ ਜਿਹਾ ਘਿਓ ਦੇ ਵਿੱਚ ਸਵੀਟ ਪੋਟੈਟੋ ਨੂੰ ਪਕਾ ਲਵਾਂਗੇ ਜੀ। ਸਵੀਟ ਪੋਟੈਟੋ ਨੂੰ ਥੋੜ੍ਹਾ ਜਿਹਾ ਪਕਾਉਣ ਤੋਂ ਬਾਅਦ 1 ਕੌਲੀ ਮਲਾਈ ਪਾਵਾਂਗੇ। ਮਲਾਈ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਵੀਟ ਪੋਟੈਟੋ ਨੂੰ ਮਲਾਈ ਦੇ ਵਿੱਚ। ਥੋੜ੍ਹੀ ਦੇਰ ਇਸੇ ਤਰੀਕੇ ਨਾਲ ਹਿਲਾਉਂਦੇ ਰਹਾਂਗੇ।
ਬਾਅਦ ਦੇ ਵਿੱਚ ਇੱਕ ਕੌਲੀ ਦੁੱਧ ਪਾਵਾਂਗੇ ਆਪਾਂ। ਦੁੱਧ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਥੋੜ੍ਹੀ ਦੇਰ ਇਸੇ ਤਰੀਕੇ ਨਾਲ ਪਕਾਉਂਦੇ ਰਵਾਂਗੇ। ਆਪਾਂ ਇੱਥੇ ਦੋ ਸ਼ੱਕਰਕੰਦ ਲਏ ਸੀ ਜੀ। ਦੋ ਸ਼ੱਕਰਕੰਦ ਦੇ ਵਿੱਚ ਆਪਾਂ ਇੱਕ ਕੌਲੀ ਮਲਾਈ ਅਤੇ ਇੱਕ ਕੌਲੀ ਦੁੱਧ ਪਾਵਾਂਗੇ। ਜਿਸ ਕੌਲੀ ਦੇ ਨਾਲ ਆਪਾਂ ਮਲਾਈ ਪਾਈ ਸੀ ਉਸੇ ਕੌਲੀ ਦੇ ਨਾਲ ਹੀ ਆਪਾਂ ਦੁੱਧ ਪਾਇਆ ਸੀ। ਥੋੜ੍ਹਾ ਜਿਹਾ ਕੇਸਰ ਪਾਵਾਂਗੇ। ਕੇਸਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਰਦੀਆਂ ਦੇ ਵਿੱਚ ਇਹ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਅਤੇ ਟੇਸਟੀ ਵੀ ਬਹੁਤ ਬਣਦੀ ਹੈ। ਤੁਸੀਂ ਵੀ ਇਸ ਤਰੀਕੇ ਨਾਲ ਖੀਰ ਨੂੰ ਬਣਾ ਕੇ ਦੇਖਿਓ। ਜੋ ਆਪਾਂ ਖੀਰ ਦੇ ਵਿੱਚ ਮਲਾਈ ਪਾਈ ਹੈ ਜੀ, ਇਸ ਦੇ ਨਾਲ ਟੇਸਟ ਵੀ ਖੋਏ ਵਰਗਾ ਆਏਗਾ ਅਤੇ ਖੀਰ ਵਧੀਆ ਬਣ ਕੇ ਤਿਆਰ ਹੋਏਗੀ ਅਤੇ ਗਾੜ੍ਹੀ ਵੀ ਬਣੇਗੀ। ਵਿੱਚ ਵਿੱਚ ਦੀ ਖੀਰ ਨੂੰ ਹਿਲਾਉਂਦੇ ਰਵਾਂਗੇ। ਦੁੱਧ ਗਾੜਾ ਹੋ ਕੇ ਸਾਈਡਾਂ 'ਤੇ ਨਾ ਚਿਪਕੇ ਇਸ ਦੇ ਲਈ ਆਪਾਂ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਖੀਰ ਨੂੰ। ਤੁਸੀਂ ਵੀ ਇਸ ਤਰੀਕੇ ਨਾਲ ਖੀਰ ਬਣਾ ਕੇ ਅਤੇ ਖਾ ਕੇ ਦੇਖਿਓ ਜੀ। ਇਹ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ। ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਆਪਾਂ। ਇਹ ਖੀਰ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ। ਆਪਾਂ ਇਸਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਆਪਾਂ ਇਸ ਦੇ ਵਿੱਚ ਦੇਸੀ ਘਿਓ ਪਾਇਆ ਜੀ। ਇਸ ਦੇ ਨਾਲ ਇਸਦਾ ਟੇਸਟ ਹੋਰ ਵੀ ਵਧੀਆ ਆਏਗਾ। ਦੇਖੋ ਜੀ ਕਿੰਨੀ ਵਧੀਆ ਖੀਰ ਬਣ ਕੇ ਤਿਆਰ ਹੋ ਰਹੀ ਹੈ ਅਤੇ ਬਹੁਤ ਵਧੀਆ ਖੁਸ਼ਬੂ ਵੀ ਆ ਰਹੀ ਹੈ। ਅਤੇ ਹੁਣ ਆਪਾਂ ਇੱਕ ਚਮਚੇ ਇਲਾਇਚੀ ਪਾਵਾਂਗੇ, ਦਰਦਰੀ ਕੁੱਟੀ ਹੋਈ। ਕੁੱਟੀ ਹੋਈ ਇਲਾਇਚੀ ਨੂੰ ਮਿਕਸ ਕਰ ਲਵਾਂਗੇ। ਹੁਣ ਆਪਾਂ ਖੀਰ ਨੂੰ ਇਸੇ ਤਰੀਕੇ ਨਾਲ ਹੀ ਥੋੜ੍ਹੀ ਦੇਰ ਪਕਾਉਂਦੇ ਰਵਾਂਗੇ। ਆਪਾਂ ਸ਼ਕਰਕੰਦ ਨੂੰ ਤਾਂ ਖਾ ਹੀ ਲੈਂਦੇ ਹਾਂ ਜੀ, ਪਰ ਆਪਾਂ ਵਾਰ ਵਾਰ ਸ਼ਕਰਕੰਦ ਨੂੰ ਖਾਣਾ ਨਹੀਂ ਪਸੰਦ ਕਰਦੇ ਅਤੇ ਆਪਾਂ ਇਸ ਤਰੀਕੇ ਨਾਲ ਜੇ ਉਸਦੀ ਖੀਰ ਬਣਾ ਕੇ ਖਾਵਾਂਗੇ ਤਾਂ ਖੀਰ ਬਹੁਤ ਹੀ ਵਧੀਆ ਲੱਗੇਗੀ ਟੇਸਟ ਦੇ ਵਿੱਚ। ਦੇਖੋ ਜੀ ਕਿੰਨੀ ਵਧੀਆ ਗਾੜੀ ਗਾੜੀ ਖੀਰ ਬਣ ਕੇ ਤਿਆਰ ਹੋ ਰਹੀ ਹੈ। ਤੁਸੀਂ ਵੀ ਇਸ ਤਰੀਕੇ ਨਾਲ ਖੀਰ ਨੂੰ ਬਣਾ ਕੇ ਦੇਖੋ। ਇਹ ਖੀਰ ਬਹੁਤ ਹੀ ਵਧੀਆ ਅਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਇਸ ਨੂੰ ਬਣਾਉਣ 'ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ 4 ਚਮਚ ਖੰਡ ਪਾਵਾਂਗੇ। ਇਸ ਦੇ ਵਿੱਚ ਮਿੱਠਾ ਥੋੜ੍ਹਾ ਜ਼ਿਆਦਾ ਹੁੰਦਾ ਹੈ ਜੀ, ਇਸ ਦੇ ਲਈ ਆਪਾਂ ਮਿੱਠਾ ਥੋੜ੍ਹਾ ਘੱਟ ਹੀ ਪਾਵਾਂਗੇ। ਆਪਣੇ ਹਿਸਾਬ ਨਾਲ ਹੀ ਰੱਖਾਂਗੇ ਆਪਾਂ ਮਿੱਠਾ, ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ। ਖੰਡ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਦੁੱਧ ਗਾੜਾ ਹੋ ਕੇ ਸਾਈਡਾਂ 'ਤੇ ਲੱਗ ਜਾਂਦਾ ਜੀ, ਇਸ ਦੇ ਲਈ ਆਪਾਂ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਖੀਰ ਨੂੰ।
ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਸਾਨੂੰ ਸਪੋਰਟ ਕਰੋ ਜੀ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਅਸੀਂ ਆਪਣੇ ਚੈਨਲ 'ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ, ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਆਪਾਂ ਕੁਛ ਡਰਾਈ ਫਰੂਟ ਐਡ ਕਰਾਂਗੇ। ਇਹ ਸਾਰੇ ਡਰਾਈ ਫਰੂਟ ਐਡ ਕਰਾਂਗੇ। ਡਰਾਈ ਫਰੂਟਸ ਨੂੰ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ। ਅਤੇ ਹੁਣ ਖੀਰ ਬਣ ਕੇ ਤਿਆਰ ਹੋ ਚੁੱਕੀ ਹੈ ਜੀ, ਆਪਾਂ ਖੀਰ ਨੂੰ ਗਰਮ ਗਰਮ ਸਰਵ ਕਰ ਲਵਾਂਗੇ। ਹੁਣ ਮੈਂ ਸਾਰੀ ਖੀਰ ਨੂੰ ਇਸ ਬਾਊਲ ਦੇ ਵਿੱਚ ਕੱਢ ਲਵਾਂਗੀ। ਖੀਰ ਨੂੰ ਇੱਕ ਬਾਊਲ ਦੇ ਵਿੱਚ ਕੱਢਣ ਤੋਂ ਬਾਅਦ ਆਪਾਂ ਖੀਰ ਦੇ ਵਿੱਚ ਕੁਛ ਡਰਾਈ ਫਰੂਟਸ ਐਡ ਕਰਾਂਗੇ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।